ਮਾਰ ਦਿੱਤ ਨਹੀਂ ਵੇਖੀ ਮਤਾ ਕਿਧਰ ਸਿੰਘਾਂ ਦਾ ਚਾਹ ਲਵੇ यार ना असी रोई दे इस टाइम मौजूद है गए तो सानू जरा ना असी एक टोबे तो मौजूद है असें गाई आ रही ने लेकिन सानू एक चीज़ मिली है इत्थे तो जरा तुसी सानू कमेंट्स दे विच दसना है भी ये की चीज़ हैगी है। वाह जी वेख सकते हैं माशाल्लाह अल्लाह दी ज़ात दी कुदरत है ਇਹਨੂੰ ਸਾਡੀ ਜ਼ਬਾਨ ਦੇ ਵਿੱਚ ਤੇ ਬਚਪਨ ਵਿੱਚ ਖੁੱਬ ਆਖਿਆ ਜਾਂਦਾ ਪਤਾ ਨਹੀਂ ਇਹਨੂੰ ਕੀ ਹੁਣ ਕੀ ਆਖਦੇ ਨੇ ਭਾਈ ਫਿਰ ਖੁੰਬੀ ਤੁਸੀਂ ਖੁੰਬੀ ਆਖਦੇ ਨੇ ਇਹ ਖੁੰਬੀ ਆਖਦੇ ਹਨ ਸਰੈਕੀ ਦੇ ਵਿੱਚ ਖੁੰਬੀ ਆਖਦੇ ਨੇ ਲੇਕਿਨ ਅਸੀਂ ਖੁੱਬ ਆਖਦੇ ਹੁੰਦੇ ਆ ਅਸੀਂ ਵੈਸੇ ਇਹਨਾਂ ਦੀ ਯਾਰ ਉਹ ਚਟਣੀ ਜੀ ਵੀ ਬਣ ਜਾਂਦੀ ਸੀ ਖਾਣ ਵਾਸਤੇ ਨਾ ਇਹਨਾਂ ਸਾਨੂੰ ਬਣਦਾ ਹਾਂ ਸਾਲਣ ਖਾ ਰਹੇ ਸਾਫ ਕਰ ਰਹੇ ਆ ਅੱਛਾ ਹਾਂ ਖਾ 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 ਤੇ ਖਾ ਖਾ ਇਹ ਉਹ ਵਿੱਚ ਖਰਾਬ ਤਾਂ ਨਹੀਂ ਹੋਇਆ ਪਿਆ ਖਰਾਬ ਹੀ ਹੋ ਜਾਂਦੇ ਹੁੰਦੇ ਨੇ ਹੋਇਆ ਪਿਆ ਹਾਂ थोड़े पार्ट भी खा लो नाजरी वेख सकते हैं खराब हो जाए आटा होता तो बड़ा मजेदार होता है बारिश हो जाते ਇਹ ਜਦੋਂ ਤਾਜ਼ਾ ਤਾਜ਼ਾ ਨਿਕਲਦਾ ਹੈ ਨਾ ਉਦੋਂ ਇਹ ਮਜ਼ਾ ਕਰਦਾ ਹੈ ਸਹੀ ਹੁੰਦਾ ਹੈ ਹੁਣੇ ਮਜ਼ੇਦਾ ਹੈ ਅੱਛਾ ਚੈੱਕ ਰਾਂ ਕੋਲ ਜਿਵੇਂ ਸੁੱਕੀ ਬੋਲ ਨਹੀਂ ਬਣਾਉਂਦੇ ਕੈਮਰਾ ਕਰ ਲਵਾ ਦੇ ਦੇਰ ਖੱਬੇ ਹੱਥ ਨਾਲ ਖਵਾਉਂਦਾ ਪੀਆ ਬਚਪਨ ਦੇ ਵਿੱਚ ਤੇ ਬੜੇ ਵੇਖਿਆ ਤੇ ਖਾਦੇ ਵੀ ਹੈ ਲੇਕਿਨ ਬਚਪਨ ਤੋਂ ਬਾਅਦ ਅੱਜ 21-22 ਸਾਲਾਂ ਦਾ ਹੋ ਗਈਆਂ ਹਾਂ ਐਡਾ ਤੁਕਾ ਕਾ 22-23 ਸਾਲਾਂ ਦਾ ਹੋਇਆ ਖੜਾ ਬਾਬਾ ਫੀਡਰ ਲੈਣਾ ਅੱਜ ਮਿਲ ਗਿਆ ਇਹ ਬਚਪਨ ਤੋਂ ਲਾ ਤੇ ਹੁਣ ਤੀ ਕਰੋ ਯਕੀਨ ਕਰੋ ਕਿ ਨਹੀਂ ਵੇਖਿਆ ਸੀ ਬਚਪਨ 'ਚ ਵੇਖਿਆ ਸੀ ਜਾਂ ਹੁਣ ਵੇਖਿਆ ਅੱਜ ਰੋਈ ਦੇ ਨਜ਼ਾਰੇ ਲਓ ਜੀ ਜੰਗਲ ਦੇ ਵਿੱਚ ਮੰਗਲ ਹੋਇਆ ਪਿਆ ਚੋਰੀ ਅਬਦੁਲ ਸਤਾਰ ਸਾਹਿਬ ਦਾ डेरे का जरा उन्होंने हैगा सी टोबा ए भी बोर है मेरे ख्याल बैल पकड़ रखा कि बेचना टह पवे ए जो बारिशा बुरशा नहीं होंगे कोशिश करते हैं कि जो पानी इन बोर ना चला जाए तो प्लेटा वेख लो दू हो घट्टो घट ही जरा ना वो व्डिया प्लेटा घट्टो घट मेरे ख्याल 50-60 हज़ार की प्लेट हैगी स्कूटर डेक तो बन सी यार पराया स्कूटर है ਪਲੇਟਾਂ ਦਾ ਹਾਲ ਵੇਖ ਲਓ ਯਾਰ ਥੱਲੂ ਵੇਖ ਹੀ ਕੀ ਬਾਕੀ ਤੁਹਾਨੂੰ ਪਲੇਟਾਂ ਵੀ ਖਾ ਲਈਏ ਯਾਰ ਇਹ ਪਲੇਟਾਂ ਉੱਥੇ ਚਾਹ ਦੇ ਉੱਤੇ ਸਟੋਰੇਜ ਰੱਖ ਲਾ ਮਿਣ ਕੇ ਸਾਰੀਆਂ ਟੁੱਟੀਆਂ ਪਈਆਂ ਨੇ ਕਿੰਨਾ ਨੁਕਸਾਨ ਹੋਇਆ ਵੀ ਆਹ ਘੱਟੋ ਘੱਟ 50-60 ਹਜ਼ਾਰ ਦੀ ਪਲੇਟ ਹੈਗੀ ਹੈ एक आ सट्टी पई और सट्टियां पईयां आ इन दे एंगल पे कहना आज ना को नवीद बुला ना कोई बंगिया अरे तो कठा बुला एक सेकंड में भाई मेहरबानी भाई जान कोई नहीं भाई है सर
ਤੇ ਤੁਸੀਂ ਹੁਣ ਬਾਵਲ ਨਗਰ ਸਾਡੇ ਕੋਲ ਕਦਾ ਚੱਕਰ ਲਾਉਣਾ ਹੈ? ਬਸ ਵੇਲੇ ਤੇ ਜਾ ਬਸ ਵੇਲੇ ਤੇ ਜਾ ਤੁਸੀਂ ਠੀਕ ਹੋ ਗਏ। ਮੋਸਟ ਵੈਲਕਮ, ਜਦੋਂ ਮਰਜ਼ੀ ਆਓ ਤੁਸੀਂ ਬਾਵਲ ਨਗਰ। ਬੰਦਾ ਗਾਈ ਦੇ ਮਗਰ ਵੱਜਿਆ ਜਾਂਦਾ ਜੀ। ਤੇ ਠੀਕ ਹੈ ਯਾਰ, ਗਾਈ ਚਲੀਆਂ ਗਈਆਂ ਹਨ। ਅਸੀਂ ਇੱਥੇ ਵੀਡੀਓ ਦਾ ਕਰਨਾ, ਇਸ ਵਲੋਗ ਦਾ ਐਂਡ ਹੈ। ਅਤੇ ਦੁਆਵਾਂ ਦੇ ਵਿੱਚ ਯਾਦ ਰੱਖਿਆ ਜੇ, ਅਤੇ ਸਾਡੀਆਂ ਜਿਹੜਾ ਨਾ ਇਵੇਂ ਦੀ ਵੀਡੀਓ ਵੇਖਣ ਵਾਸਤੇ ਰੋਈ ਦੀਆਂ ਅੱਗੇ ਪਿੱਛੇ ਦੀਆਂ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸਾਨੂੰ ਦੇ ਵਿੱਚ ਯਾਦ ਅੱਲਾ ਹਾਫਿਜ਼। ਸਾਡੇ ਦੂਸਰੇ ਬਿੱਲੀ ਜਿਹੜੇ ਨਾ ਟੋਬੇ ਤੋਂ ਜਿਹੜਾ ਨਾ ਹੱਥ ਦੋ ਰਿਹਾ ਸੀ।